नमस्कार, आप देख रहे हैं भारत न्यूज टीवी खबरों की पड़ताल। मैं हूं आपके साथ साक्षी। कैप्टन सरकार ने घर घर नौकरी तो क्या देना, लेकिन हर चौक में शराब के ठेके जरूर दे दिए। एक तरफ कांग्रेस सरकार प्रदेश से नशा खत्म करने के दावे ठोक रही है, वहीं दूसरी ओर जिला कपूरथला में हर एक चौक पर शराब के ठेके खोल दिए गए हैं। धार्मिक स्थानों के पास खुले ठेके, पहले शराब ठेका भगत सिंह चौक, दूसरा शिव मंदिर पुरानी कचहरी के सामने, तीसरा ठेका रमणिक चौक, चौथा ठेका सुल्तानपुर बाईपास चौक नजदीक पुराना शिव मंदिर, अब नया शराब का ठेका भगवान वाल्मीकि चौक में खोल दिया है। दोनों तरफ से दो गुरुद्वारा साहिब होने के चलते कड़ा विरोध किया जा रहा है। बड़ी मंदभागी घटना वा, शहर का प्रमुख जिहड़ा चौंकां विच इक चौंक आंदा वा, जिथे वाल्मीकि चौंक भी जिन्होंने आप कहने, जिथे लोगों भावनावें भी जुड़िया होंगे, उत्थे गुरु घर भी नज़दीक आ, तो सैमी कमर्शियल एरिया भी आ, उत्थे जिहड़ा वा शहर के विचों विच ठेका जिहड़ा खुलना बहुत माड़ी, इन मैं कहना चाहना जिहड़ी सरकार दी ते ठेकेदार सिस्टम की माड़ी जिहड़ी आ इह घटना वा। क्यों माड़ी घटना वा? इस करके कि शहर की आवाजाही आ सब तो वड्डी गल, लोगों ने आना जाना हुंदा, लोगों दीयां धीआं भैणां ने उत्थों लंघना हुंदा, कईआं ने उत्थों ऑटो भी रुकदे आ, ऑटोआं दे विच बीबियां ने मातावां ने भैणां ने बह के जाना हुंदा, उत्थे शहर दे मेन चौंक दे विच इह ठेका खोल दित्ता गया, जिहड़ा सरकार दे उत्ते जिहड़े आ कुछ ठेकेदारां दा रेवेन्यू सिस्टम मिलो दा टैक्स भरदे आ इन्ना हावी हो चुकिआ, जे कल नूं कुछ इदां दे ठेकेदार जिहड़े आ ਉਹ ਕੱਲ੍ਹ ਨੂੰ ਕਹਿਣਗੇ ਕਿ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਵੀ ਬ੍ਰਾਂਚਾਂ ਖੋਲ੍ਹ ਕੇ ਦਿੱਤੀਆਂ ਜਾਣ, ਅਤੇ ਮੈਨੂੰ ਤਾਂ ਲੱਗਦਾ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ ਉਹ ਕੁਝ ਠੇਕੇਦਾਰਾਂ ਦੇ ਮਗਰ ਲੱਗ ਕੇ। ਮੈਂ ਜੈਭੀਮ ਜੈਪੁਰ ਦੱਸਦਾ ਵਾਂ, ਮੈਂ ਸਤੀਸ਼ ਕੁਮਾਰ ਨਾਹਰ, ਪਾਰਟੀ ਪ੍ਰਧਾਨ ਭਾਰਤੀ ਜਨਤਾ ਪਾਰਟੀ। ਅੱਜ ਮੈਂ ਇੱਕ ਬਹੁਤ ਹੀ ਅਹਿਮ ਮੁੱਦੇ 'ਤੇ ਗੱਲ ਕਰਨਾ ਚਾਹੁੰਦਾ ਵਾਂ ਕਿ ਕਰੋਨਾ ਦੇ ਸਮੇਂ ਦੌਰਾਨ ਸਰਕਾਰ ਨੇ ਤਕਰੀਬਨ ਦੁਕਾਨਾਂ, ਸਕੂਲ ਸਭ ਕੁਝ ਬੰਦ ਕਰਤਾ, ਪਰ ਠੇਕੇ ਬੰਦ ਨਹੀਂ ਕੀਤੇ, ਕਿਉਂਕਿ ਸਰਕਾਰ ਲੋਕਾਂ ਨੂੰ ਖੁਦ ਨਸ਼ੇ 'ਤੇ ਲਾ ਰਹੀ ਆ। ਜਿਵੇਂ ਗੱਲ ਕਪੂਰਥਲੇ ਦੀ ਕਰ ਲਈ ਆਪਾਂ, ਥਾਂ ਥਾਂ ਠੇਕੇ ਖੁੱਲ੍ਹ ਗਏ ਆ। ਪਹਿਲਾ ਠੇਕਾ ਸ਼ਹੀਦ ਭਗਤ ਸਿੰਘ ਚੌਂਕ, ਥੋੜ੍ਹਾ ਸਮਾਂ ਅੱਗੇ ਚਲ ਜਾਓ 2000 ਮੀਟਰ ਜਾਂ 2000 ਗਜ਼ ਚਲ ਜਾਓ ਸਿਨੇਮੇ ਲਾਗੇ, ਥੋੜ੍ਹਾ ਅੱਗੇ ਚਲ ਜਾਓ ਆਪਣੇ ਵਾਲਮੀ ਚੌਂਕ 'ਚ, ਅੱਗੇ ਚਲ ਜਾਓ ਅਮਰੀਕ ਚੌਂਕ 'ਚ, ਉਹ ਤੋਂ ਉਰੇ ਵੀ ਇੱਕ ਠੇਕਾ ਹੈਗਾ ਵਾ ਦੂਜਾ ਜੈਨ ਪੋਲ ਸਾਹਮਣੇ। ਸਰਕਾਰ ਇੱਕ ਪਾਸੇ ਰੌਲਾ ਪਾ ਰਹੀ ਹੈ ਕਿ ਅਸੀਂ ਨਸ਼ਿਆਂ ਠੱਲ ਪਾ ਰਹੇ ਹਾਂ, ਅਤੇ ਦੂਜੇ ਪਾਸੇ ਠੇਕੇਦਾਰਾਂ ਨੂੰ ਲਾਇਸੈਂਸ ਦੇ ਰਹੀ ਘਰ ਠੇਕੇ ਖੋਲ੍ਹ ਦਿਓ, ਘਰ ਠੇਕੇ ਖੋਲ੍ਹ ਦਿਓ ਤਾਂ ਜੋ ਲੋਕ ਨਸ਼ੇ 'ਤੇ ਲੱਗ ਜਾਣ ਅਤੇ ਇਹਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਸੁਖਜਿੰਦਰ ਸਿੰਘ ਬੱਬਰ। ਇਹ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਪਿਛਲੇ ਦਿਨੀਂ ਜੋ ਭਗਵਾਨ ਵਾਲਮੀਕ ਚੌਂਕ ਦੇ ਕੋਲ ਠੇਕਾ ਖੋਲ੍ਹਿਆ ਗਿਆ ਹੈ, ਉਹ ਸ਼ਿਫਟ ਕਰਵਾਉਣ ਬਾਰੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇੱਥੇ ਜਿਹੜੀ ਵੀ ਸੰਗਤ ਆਉਂਦੀ ਜਾਂਦੀ ਹੈ, ਕਿਉਂਕਿ ਦੋ ਗੁਰਦੁਆਰਾ ਸਾਹਿਬ ਆਸ ਪਾਸ ਪੈਂਦੇ ਹਨ, ਉੱਥੋਂ ਦੇ ਜਿਹੜੇ ਦੁਕਾਨਦਾਰ ਵੀਰ ਹਨ, ਉੱਥੇ ਰਿਹਾਇਸ਼ਾਂ ਵੀ ਹਨ, ਉਹ ਸਾਰੇ ਇਸ ਗੱਲ 'ਤੇ ਇਤਰਾਜ਼ ਹੈ, ਉਹਨਾਂ ਨੂੰ ਸਖਤ ਇਤਰਾਜ਼ ਹੈ ਕਿ ਇਹ ਜਿਹੜਾ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ। ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਇਆਂ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਭਗਵਾਨ ਵਾਲਮੀਕ ਚੌਂਕ ਦੇ ਕੋਲ ਜਿਹੜਾ ਠੇਕਾ ਨਵਾਂ ਖੋਲ੍ਹਿਆ ਹੈ, ਇਹ ਹਫ਼ਤਾ ਕੁ ਪਹਿਲਾਂ ਖੋਲ੍ਹਿਆ ਹੈ, ਅਤੇ ਉਹਨੂੰ ਇਹ ਤੁਰੰਤ ਇੱਥੋਂ ਸ਼ਿਫਟ ਕੀਤਾ ਜਾਵੇ। ਜੇ ਪ੍ਰਸ਼ਾਸਨ ਸਾਡੀ ਬੇਨਤੀ ਨੂੰ ਨਹੀਂ ਸਵੀਕਾਰ ਕਰਦਾ ਤਾਂ ਅਸੀਂ ਫਿਰ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਸਿੱਖ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਇੱਥੇ ਰੋਸ ਪ੍ਰਦਰਸ਼ਨ ਕਰਾਂਗੇ, ਧਰਨਾ ਮੁਜ਼ਾਹਰਾ ਕਰਾਂਗੇ, ਤਾਂ ਜੋ ਜਿਹੜੀ ਸਾਡੀ ਆਵਾਜ਼ ਆ ਪ੍ਰਸ਼ਾਸਨ ਤੱਕ ਪਹੁੰਚ ਸਕੇ।